ਸੱਚੋ ਮਾਛੀਵਾੜਾ ਨੇ ਕਹਿੰਦੀ ਪੁਲਿਸ ਕੋਲ ਇਨਫੋਰਮੇਸ਼ਨ ਇਹਨਾਂ ਨੂੰ ਮਿਲੀ ਸੀ। ਸਿਮਰਨਜੀਤ ਸਿੰਘ ਕਾਕਾ ਜਿਹੜਾ ਗੁਰਦੁਆਰਾ ਗੁਰਚਰਨ ਕਮਲ ਸਾਹਿਬ ਦੇ ਨੇੜੇ ਰਹਿੰਦਾ, ਇਹਨੇ ਆਪਣਾ ਟਰੱਕ ਬਣਾਇਆ ਹੋਇਆ ਔਰ ਇਹ ਟਰਾਂਸਪੋਰਟ ਦਾ ਕੰਮ ਵੀ ਕਰਦਾ। ਰਾਂਚੀ ਅਕਸਰ ਇਹ ਸਮਾਨ ਇੱਥੋਂ ਲੈ ਕੇ ਜਾਂਦਾ ਤਾਂ ਰਾਂਚੀ ਤੋਂ ਇਹ ਸਸਤੇ ਰੇਟਾਂ 'ਤੇ ਜਿਹੜਾ ਭੁੱਕੀ ਚੂਰਾ ਪੋਸਟ ਸਮਾਨ ਦੇ ਵਿੱਚ ਲੁਕੋ ਕੇ ਲਿਆਉਣਾ ਇਹਨੇ ਸ਼ੁਰੂ ਕਰ ਦਿੱਤਾ। ਪਿਛਲੇ 2 ਕੁ ਸਾਲ ਤੋਂ ਇਸ ਧੰਦੇ 'ਚ ਲੱਗਿਆ ਹੋਇਆ ਔਰ ਇੱਥੇ ਆ ਕੇ ਟ੍ਰਿਪਲ ਰੇਟ 'ਤੇ ਜਿਹੜੀ ਉਹ ਭੁੱਕੀ ਦੀ ਸਪਲਾਈ ਕਰਦਾ। ਇਹਨਾਂ ਕੋਲ ਇਨਫੋਰਮੇਸ਼ਨ ਸੀ, ਇਨਫੋਰਮੇਸ਼ਨ ਦੇ ਆਧਾਰ 'ਤੇ ਕੱਲ੍ਹ ਰੇਡ ਕੀਤਾ ਉਹਦੇ ਘਰ ਜਾ ਕੇ, ਤਾਂ ਉਹਦੇ ਘਰੋਂ ਸਾਨੂੰ 71 kg 71 ਕਿਲੋ ਭੁੱਕੀ 2 ਬੋਰੀਆਂ 'ਚ ਜਿਹੜੀ ਉਹ ਮਿਲ ਗਈ। ਇਹ ਲੈ ਕੇ ਜ਼ਿਆਦਾ ਆਇਆ ਸੀ, ਉਹਦੇ 'ਚੋਂ ਕੁਛ ਵੇਚ ਚੁੱਕਾ ਔਰ ਇਹ ਅਸੀਂ ਕੱਲ੍ਹ ਮੁਕੱਦਮਾ ਦਰਜ ਕਰਕੇ ਅੱਜ ਇਹਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿਨ੍ਹਾਂ ਨੇ ਇਹਦਾ 1 ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਅਸੀਂ ਇਹ ਜਿੱਥੋਂ ਭੁੱਕੀ ਲੈ ਕੇ ਆਇਆ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ 'ਚ ਸਾਡੇ ਕੋਲ ਆ ਗਿਆ ਔਰ ਕਿੱਥੇ ਕਿੱਥੇ ਵੇਚਦਾ ਔਰ ਜਲਦੀ ਅਸੀਂ ਵੇਚਣ ਵਾਲੇ ਜਿਨ੍ਹਾਂ ਨੂੰ ਇਹ ਵੇਚਦਾ ਅਤੇ ਜਿੱਥੋਂ ਖਰੀਦਦਾ ਉਹ ਤਾਂ ਕਰ ਹੀ ਰਹੇ ਹਾਂ, ਉਹਦੇ ਨਾਲ ਨਾਲ ਅਸੀਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹਦਾ ਉਹਨਾਂ ਨੂੰ ਪੈਸੇ ਦੇਣ ਦਾ ਤਰੀਕਾ ਕੀ ਹੈ, ਕਿਵੇਂ ਕਿਵੇਂ ਪੈਸੇ ਗਏ, ਕਿੱਥੋਂ ਗਏ ਔਰ ਇਹਦੇ ਕਿੱਥੇ ਕਿੱਥੇ ਲਿੰਕ ਨੇ, ਉਹ ਅਸੀਂ ਸਾਰੀ ਟੈਕਨੀਕਲ ਸਪੋਰਟ ਵੀ ਨਾਲ ਲੈ ਰਹੇ ਹਾਂ ਔਰ ਜਲਦੀ ਇਹਦੇ ਵਿੱਚ ਜਿਹੜੇ ਬਾਕੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਔਰ ਇਹਦੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈਗੀ ਆ ਉਹ ਵੀ ਕੰਪਲੀਟ ਕਰਕੇ ਇਹਦੇ 'ਚ ਜਿਹੜੀ ਡਰੱਗ ਬਣੀ ਇਹਦੀ ਵੱਖ ਵੱਖ ਬੈਂਕਾਂ ਵਿੱਚ ਜਾਂ ਜਿੱਥੇ ਵੀ ਆ ਉਹ ਵੀ ਅਸੀਂ ਜ਼ਬਤ ਕਰ ਰਹੇ ਹਾਂ ਔਰ ਪਿਛਲੇ 2 ਸਾਲ ਤੋਂ ਇਹਨਾਂ ਨੇ ਭੁੱਕੀ ਵੇਚ ਕੇ ਜਿਹੜੀ ਵੀ ਕੋਈ ਪ੍ਰੋਪਰਟੀ ਬਣਾਈ ਹੈ ਉਹ ਵੀ ਅਸੀਂ ਜਲਦੀ ਇਹਦੀ ਅਟੈਚ ਕਰਾਉਂਦੇ। ਇਹ ਇਕੱਲਾ ਮਾਛੀਵਾੜਾ ਨਹੀਂ ਹੈ, ਇਹ ਆਸੇ ਪਾਸੇ ਮਾਛੀਵਾੜਾ, ਨਵਾਂ ਸ਼ਹਿਰ, ਕਮਿਸ਼ਨਰੇਟ, ਰੋਪੜ ਦੇ ਏਰੀਏ ਦੇ ਵਿੱਚ ਜਿਹੜਾ ਸਪਲਾਈ ਕਰਦਾ। ਬਿਲਕੁਲ, ਅਸੀਂ ਇਸ ਧੰਦੇ ਤੋਂ ਜਿਹੜੀ ਨੇ ਜੇ ਕੱਲ੍ਹ ਹੀ ਗ੍ਰਿਫਤਾਰ ਕੀਤਾ, ਮੈਂ ਤੁਹਾਨੂੰ ਦੱਸਿਆ ਇਹਦੇ ਬੈਂਕ ਬੈਲੈਂਸ, ਇਹਦੀ ਡਿਟੇਲਸ, ਇਹਦੀ ਪ੍ਰੋਪਰਟੀ ਦੀ ਡਿਟੇਲ ਅਸੀਂ ਉਹ ਸਾਰੀ ਲੈ ਰਹੇ ਹਾਂ ਕਿਉਂਕਿ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਪ੍ਰੋਪਰਟੀ ਅਟੈਚ ਕਰਨੀ ਬਣਦੀ ਆ ਜਿਨ੍ਹਾਂ ਨੇ ਇਹ ਨਸ਼ੇ ਤੋਂ ਪ੍ਰੋਪਰਟੀ ਬਣਾਈ ਹੋਵੇ ਔਰ ਇਹਦੀ ਵੀ ਅਸੀਂ ਜਲਦੀ ਕਰਨ ਜਾ ਰਹੇ ਹਾਂ। ਭੁੱਕੀ ਵਾਲੇ ਮਾਮਲੇ ਦੇ ਵਿੱਚ ਆਪਦਾ ਇਨਵੋਲਵ ਹੈ ਹੀ ਹੈ, ਇਹਨਾਂ ਦੇ ਪਰਿਵਾਰ ਦਾ ਇੱਕ ਹੋਰ ਮੈਂਬਰ ਵੀ ਹੈ ਜਿਹੜਾ ਇਨਵੋਲਵ ਹੈ ਔਰ ਉਹ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਔਰ ਇਹਦੇ ਵਿੱਚ ਜਿਹੜੇ ਇਹਦੇ ਪਰਿਵਾਰ ਦੇ ਦੇ ਮੈਂਬਰ ਨੇ ਉਹਨਾਂ ਦੀ ਵੀ ਅਸੀਂ ਜਾਂਚ ਕਰ ਰਹੇ ਹਾਂ ਜਿਹੜਾ ਜਲਦੀ ਕਰ। ਸਰ ਕੀ ਲੱਗਦਾ ਇਸ ਲਾਈਨ ਵਿੱਚ ਆ ਕੇ ਛੇਤੀ ਮਨੀ ਕਮਾਉਣਾ? ਹਾਂ, ਇਹ ਈਜ਼ੀ ਮਨੀ ਦੇ ਚੱਕਰ 'ਚ ਪੈ ਗਿਆ ਔਰ ਜਲਦੀ ਅਮੀਰ ਹੋ ਕੇ ਗੱਡੀਆਂ ਦੀ ਗਿਣਤੀ ਵਧਾਉਣ ਦੇ ਚੱਕਰ 'ਚ ਪਿਆ ਹੋਇਆ, ਇਸ ਕਰਕੇ ਇਹ ਹਰ ਗੇੜੇ ਜਦੋਂ ਵੀ ਜਾਂਦਾ ਹਰ ਗੇੜੇ ਮਹੀਨੇ ਦੇ ਵਿੱਚ ਇਹ 1 ਗੇੜਾ ਭੁੱਕੀ ਦਾ ਲਾਉਂਦਾ ਤਾਂ ਕਿ ਉਹਦੇ ਤੋਂ ਜਿਹੜੀ ਆਮਦਨ ਕਰਕੇ ਭੁੱਕੀ ਦਾ ਪਤਾ ਲੱਗੇ ਜੀ ਕਿੰਨੀ ਕੁ ਕੁਆਂਟਿਟੀ ਉੱਥੋਂ ਲਿਆਉਂਦਾ ਵਾ। ਭੁੱਕੀ ਉੱਥੋਂ 3 ਤੋਂ 4 ਕੁਇੰਟਲ ਜਿਹੜੀ ਆ ਇਹ ਹਰ ਗੇੜੇ ਲੈ ਕੇ ਆਉਂਦਾ ਔਰ ਇਹ ਉਹਦੀ ਕਮਾਈ ਨਾਲ ਇਕੱਲੀਆਂ ਗੱਡੀਆਂ ਹੀ ਨਹੀਂ, ਅਸੀਂ ਕੱਲ੍ਹ ਇਹਦੇ ਘਰੋਂ ਰੇਡ ਕਰਕੇ ਜਦੋਂ ਭੁੱਕੀ ਫੜੀ ਆ ਘਰ ਵੀ ਬੜਾ ਵਧੀਆ ਤਰੀਕੇ ਰੈਨੋਵੇਟ ਹੋ ਰਿਹਾ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇ।